ਸਤਿ ਸ਼੍ਰੀ ਅਕਾਲ ਜੀ। ਕਿਤਾਬ ਮਾਲਾ ਮਣਕੇ, ਲੇਖਕ ਨਰਿੰਦਰ ਸਿੰਘ ਕਪੂਰ, ਪੇਜ ਨੰਬਰ 11 ਅਤੇ 12। ਜਸ਼ਨ ਅਕਸਰ ਕਿਸੇ ਮੁਹਿੰਮ ਵਿੱਚ ਸਫਲ ਹੋਣ 'ਤੇ ਮਨਾਏ ਜਾਂਦੇ ਹਨ। ਕੇਵਲ ਵਿਆਹ ਵਿੱਚ ਜਸ਼ਨ ਮੁਹਿੰਮ ਦੇ ਆਰੰਭ ਵਿੱਚ ਮਨਾਏ ਜਾਂਦੇ ਹਨ। ਪੁਰਸ਼ ਪਾਣੀ ਵਾਂਗ ਲੰਮੇ ਵਹਿਣ ਵਿੱਚ ਵਿਚਰਦਾ ਹੈ, ਇਸਤਰੀ ਹਵਾ ਵਾਂਗ ਨਿੱਕੇ ਨਿੱਕੇ ਹਵਾਲਿਆਂ ਨਾਲ ਛੂੰਹਦੀ ਹੈ। ਵਿਕਾਸ ਕਰਨ ਦੀ ਇੱਛਾ ਆਪਣੀ ਆਮਦਨ ਤੋਂ ਵਧੇਰੇ ਖਰਚ ਕਰਨ ਦੀ ਇੱਛਾ ਵਿੱਚੋਂ ਉੱਗਦੀ ਹੈ। ਪਿਆਰ ਕਰ ਰਹੇ ਪ੍ਰੇਮੀਆਂ ਨੂੰ ਵਿਆਹਾਂ ਨਾਲੋਂ ਵੀ ਵਧੇਰੇ ਸਮੱਸਿਆਵਾਂ, ਤੌਖਲਿਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ੰਸਾ ਸੁਣਨੀ ਅਤੇ ਦੂਜਿਆਂ ਦੀ ਨਕਲ ਕਰਨੀ ਕੇਵਲ ਮਨੁੱਖ ਦੇ ਲੱਛਣ ਹਨ। ਜਦੋਂ ਬੱਚਿਆਂ ਨੂੰ ਨਲਾਇਕਾਂ ਹੱਥੋਂ ਇਨਾਮ ਦਵਾਏ ਜਾਣ ਤਾਂ ਉਸ ਸਮੇਂ ਉਹਨਾਂ ਨੂੰ ਅਸੀਂ ਭ੍ਰਿਸ਼ਟਾਚਾਰ ਸਿਖਾ ਰਹੇ ਹੁੰਦੇ ਹਾਂ। ਅਸਮਾਨ ਅਤੇ ਦਰਖਤਾਂ ਨੂੰ ਰੋਜ਼ ਵੇਖਣ ਨਾਲ ਦ੍ਰਿਸ਼ਟੀ ਤੰਦਰੁਸਤ ਰਹਿੰਦੀ ਹੈ। ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਸਾਨੂੰ ਨੇੜਿਓਂ ਪ੍ਰਭਾਵਿਤ ਕਰਦੇ ਹਨ। ਇੱਕ ਭਰੋਸੇਯੋਗ ਦੋਸਤ, ਇੱਕ ਵਿਦਵਾਨ ਅਧਿਆਪਕ, ਇੱਕ ਸੋਹਣਾ ਪਿਆਰ, ਇੱਕ ਚੰਗਾ ਸ਼ੌਂਕ ਆਦਿ ਜੀਵਨ ਨੂੰ ਸਵਰਗ ਬਣਾ ਦਿੰਦੇ ਹਨ। ਹਰ ਪਾਲਤੂ ਜਾਨਵਰ ਦੀ ਸ਼ਕਲ ਅੰਤ ਨੂੰ ਆਪਣੇ ਮਾਲਕ ਦੀ ਸ਼ਕਲ ਨਾਲ ਮਿਲਣ ਲੱਗ ਪੈਂਦੀ ਹੈ। ਜਵਾਨ ਮੁੰਡੇ ਕੁੜੀਆਂ ਜਿੱਥੇ ਵੀ ਇਕੱਠੇ ਹੋਣ ਮਹਿਫਲ ਸ਼ੁਰੂ ਹੋ ਜਾਂਦੀ ਹੈ, ਜਿਹੜੀ ਜੋੜੀਆਂ ਬਣਨ ਤੱਕ ਜਾਰੀ ਰਹਿੰਦੀ। ਦੋਸਤਾਂ ਨੂੰ ਗਿਣਨਾ ਨਹੀਂ ਚਾਹੀਦਾ, ਕਿਉਂਕਿ ਦੋਸਤ ਕਦੀ ਇਤਨੇ ਨਹੀਂ ਹੁੰਦੇ ਕਿ ਗਿਣਨ ਦੀ ਲੋੜ ਪਵੇ। ਪਤਨੀ ਚਾਹੁੰਦੀ ਹੈ ਕਿ ਜਿਤਨਾ ਚਿਰ ਉਹ ਚਾਹੇ ਪਤੀ ਉਸ ਕੋਲ ਰਹੇ, ਅਤੇ ਪਤੀ ਚਾਹੁੰਦਾ ਹੈ ਜਿਤਨਾ ਚਿਰ ਉਹ ਚਾਹੇ ਘਰੋਂ ਬਾਹਰ ਰਹਿ ਸਕੇ। ਜਿਤਨੇ ਦੋਸਤ ਹੋਣ ਦਾ ਅਸੀਂ ਭਰਮ ਪਾਲਦੇ ਹਾਂ ਉਤਨੇ ਹੁੰਦੇ ਨਹੀਂ। ਲੰਗਰ ਵਿੱਚ ਸੰਗਤ ਪੰਗਤ ਬਦਲਦੀ ਹੈ, ਦਾਲ ਉਹੀ ਰਹਿੰਦੀ ਹੈ। ਜਦੋਂ ਵੀ ਕੋਈ ਇਸਤਰੀ ਪੁਰਸ਼ ਚੰਗੇ ਮੌਸਮ ਦੀ ਗੱਲ ਕਰਨ ਤਾਂ ਉਹਨਾਂ ਦਾ ਉਦੇਸ਼ ਕੇਵਲ ਮੌਸਮ ਵਿਚਾਰਨਾ ਨਹੀਂ ਹੁੰਦਾ। ਚੰਗੀਆਂ ਚੀਜ਼ਾਂ ਦੀ ਸਿਫਤ ਕਰਨ ਨਾਲ ਸਵੈ ਵਿਸ਼ਵਾਸ ਵੱਧਦਾ ਹੈ। ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਵਫ਼ਾਦਾਰ ਹੋਣ ਦਾ ਪੂਰਾ ਅਵਸਰ ਦਿੰਦੇ ਹਨ। ਪੱਖਪਾਤੀ ਹੋਏ ਬਿਨਾਂ ਕਿਸੇ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ। ਇਹ ਨਿਯਮ ਨਫ਼ਰਤ ਉੱਤੇ ਵੀ ਲਾਗੂ ਹੁੰਦਾ ਹੈ। ਸਾਨੂੰ ਆਪਣੇ ਦੋਸਤਾਂ ਦੇ ਨੁਕਸ ਪਤਾ ਹੁੰਦੇ ਨੇ, ਪਰ ਦੋਸਤੀ ਕਾਰਨ ਅਸੀਂ ਦੱਸਦੇ ਨਹੀਂ। ਜਦੋਂ ਡਾਕਟਰ ਨੂੰ ਬਿਮਾਰੀ ਸਮਝ ਨਹੀਂ ਪੈਂਦੀ ਤਾਂ ਉਹ ਲਾਭ ਪਹੁੰਚਾਉਣ ਦੀ ਥਾਂ ਨੁਕਸਾਨ ਵਧੇਰੇ ਕਰਦਾ। ਦਰਦ ਸਾਨੂੰ ਆਗਿਆਕਾਰੀ ਬਣਾ ਦਿੰਦਾ। ਜਿਉਂ ਜਿਉਂ ਪੁਲਿਸ ਦਾ ਅਮਲਾ ਵੱਧਦਾ ਹੈ, ਜੁਰਮ ਘਟਦੇ ਨਹੀਂ ਵੱਧਦੇ ਹਨ। ਡਾਕਟਰੀ ਇੱਕ ਵਿਗਿਆਨ ਹੈ, ਡਾਕਟਰੀ ਚਲਾਉਣੀ ਕਲਾ ਹੈ। ਜਿਹੜੇ ਆਪਣੀ ਬਿਮਾਰੀ ਦੇ ਵੇਰਵੇ ਦਿਲਚਸਪੀ ਨਾਲ ਸੁਣਾਉਂਦੇ ਹਨ ਉਹਨਾਂ ਲਈ ਮਹੱਤਵਪੂਰਨ ਬਿਮਾਰੀ ਨਹੀਂ ਹੁੰਦੀ, ਉਹ ਆਪ ਹੁੰਦੇ ਹਨ। ਅਕਸਰ ਪੁਜਾਰੀ ਦਾ ਦੋਸਤ ਨਾਸਤਕ, ਡਾਕਟਰ ਦਾ ਦੋਸਤ ਰੋਗੀ, ਦਲਾਲ ਦਾ ਦੋਸਤ ਕੰਗਾਲ ਅਤੇ ਥਾਣੇਦਾਰ ਦਾ ਦੋਸਤ ਅਪਰਾਧੀ ਹੋ ਨਿਬੜਦਾ ਹੈ। ਵਡਿਆਉਣ ਅਤੇ ਭੰਡਣ ਵੇਲੇ ਸਧਾਰਨ ਸ਼ਬਦ ਸਫਲ ਨਹੀਂ ਹੁੰਦੇ, ਇਸ ਲਈ ਖੁੱਲ੍ਹ ਕੇ ਵਿਸ਼ੇਸ਼ਣ ਵਰਤੇ ਜਾਂਦੇ ਹਨ। ਵਧੇਰੇ ਵਿਆਕਰਨ ਜਾਣਨ ਵਾਲੇ ਬੜੀ ਅਕਾਊ ਗੱਲਬਾਤ ਕਰਦੇ ਹਨ। ਦਰਜੀਆਂ ਨੂੰ ਆਪਣਾ ਵਾਅਦਾ ਇੱਕ ਵੀ ਵਾਰ ਨਹੀਂ ਤੋੜਨਾ ਚਾਹੀਦਾ। ਹਰ ਵਿਕਾਸ ਵਿੱਚ ਕੁਝ ਨਾ ਕੁਝ ਨਿਗਰਦਾ ਹੈ। ਸੋ ਇਸ ਦੇ ਨਾਲ ਹੀ 11 ਅਤੇ 12 ਪੇਜ ਨੰਬਰ ਖਤਮ ਹੁੰਦੇ ਹਨ। ਕੱਲ੍ਹ ਮਿਲਦੇ ਹਾਂ ਨਵੇਂ ਪੇਜਾਂ ਦੇ।